कद सानू सिटी च भेज दें उतो कद फिर मवी भेज देंगे ने साड़ी सुनवाई नहीं हो रही मशीन तो ही लेके आया गा मैं उत्थे तार के उत्थे अपड़ेचर उड़दे कहना ताया बीमार है तेरा फोन ना उहदा फोन बंद करता पापियां ने उहदी मारता पानीपत मशीन ते गया सतनाम सिंह सत्ता ओनू करनाल तो जाके लेके आया करनाल तो भी तेरे ताया जी बीमार ने जबकि वो बीमार नहीं सीगे ठीक है ना नहीं उठल पहचान हो गई थी कल के तुसी बयान लिखे की के कारण है भी कल के आज 24 घंटे तो ऊपर टाइम हो गया कल दा दोपहर दे बाद दे अब तक की कार्रवाई है पुलिस दी पुलिसी कार्रवाई है पहला तो साड़ी जी मिसिंग कंप्लेंट सी की वो असी मवी चौकी च लिखाई थी पहला तो वो साड़ी दबी गई अच्छा सानू कहंदे भी कोई मिसिंग कंप्लेंट नहीं हैगी तुसी ये देखो पुलिस प्रशासन कर की रहा नशा करदा नहीं सीगा उहदे टीके लाए गए ने मारिया गया उहनू जिस मुंडे ने हत्या कीती आ उस बंदे बंदा कहिंदा वी मैं इहनू नशे नाल लै के आया जबकि साडा मुंडा नशा नहीं करदा सीगा ਉਹਦੇ ਹੱਥ ਪੈਰ ਬੰਨ ਕੇ ਉਹਨੂੰ ਮਾਰਿਆ ਗਿਆ ਕਤਲ ਦੇ ਕੇਸ ਨੂੰ ਓਵਰਡੋਜ਼ ਨੂੰ ਨਸ਼ੇ ਦੇ ਉਹਦੇ ਨਾਲ ਮਿਲਾਇਆ ਜਾ ਰਿਹਾ ਕਿ ਹੱਤਿਆ ਦੇ ਮਾਮਲੇ ਨੂੰ ਵੀ ਇਹਦੇ ਵਿੱਚ ਲੈ ਕੇ ਆ ਰਹੇ ਸੀ ਜਾਮ ਲਗਿਆ 1 ਘੰਟਾ ਰਿਹਾ ਉਹ ਜਿਹੜਾ ਮਤਲਬ ਕੱਲ ਦਾ ਮਾਮਲਾ ਹੁਣ ਤੱਕ ਮਤਲਬ ਕੱਲ ਪਹਿਚਾਣ ਹੋ ਗਈ ਸੀ ਬੋਡੀ ਦੀ ਪਰਿਵਾਰ ਬੋਡੀ ਅੱਜ ਬਿਆਨ ਲਿਖਾ ਰਹੇ ਸੀਗੇ ਕਈ ਵਾਰੀ ਵਿੱਚ ਕੋਈ ਸ਼ੰਕਾ ਕਰਤੀ ਕਿਸੇ ਨੇ ਕਿ ਪੁਲਿਸ ਗਲਤ ਲਿਖ ਰਹੀ ਹੈ ਫਿਰ ਗਲਤ ਕੋਈ ਨਹੀਂ ਲਿਖ ਰਹੀ ਅਸੀਂ ਇਹਨਾਂ ਦੇ ਬਿਲਕੁਲ ਪੜਾ ਕੇ ਬਿਆਨ ਦਸਖਤ ਕਰਾ ਰਹੇ ਆ ਇਹਨਾਂ ਕਹੇ ਜਿੰਨੀ ਜਲਦੀ ਬਿਆਨ ਲਿਖਾਓਗੇ ਉਨੀ ਪੋਸਟਮਾਰਟਮ ਜਲਦੀ ਹੋਊਗਾ ਸਖਤ ਕਾਰਵਾਈ ਕਰਾਂਗੇ ਜਿਹੜਾ ਵੀ ਮੁਲਜ਼ਮ ਹੈਗਾ ਜੇ ਅੱਗੇ ਤਫਤੀਸ਼ ਦੌਰਾਨ ਪੋਸਟਮਾਰਟਮ ਨੂੰ ਕਰਾ ਕੇ ਜਿਹੜਾ ਵੀ ਤਫਤੀਸ਼ 'ਚ ਆਊਗਾ ਇਹੀ ਗੱਲ ਪੁਲਿਸ ਕਹਿ ਰਹੀ ਹੈ ਵੀ ਪੋਸਟਮਾਰਟਮ ਕਰਾਵਾਂਗੇ ਇਹੀ ਹੈ ਇਹ ਕਹਿ ਰਹੇ ਹੈ ਵੀ ਮਤਲਬ ਪਹਿਲਾਂ ਬੰਦਾ ਜਿਹੜਾ ਜਿਸ ਦਾ ਨਾਮ ਲੈ ਰਹੇ ਉਹ ਬੰਦਾ ਫੜ ਰੱਖਿਆ ਹੈ ਮਵੀ ਚੌਂਕੀ ਵਾਲਿਆਂ ਨੇ ਉਸ ਤੇ ਕੋਈ ਅਬ ਤੱਕ ਪੁੱਛਤਾਛ ਕੀਤੀ ਉਸ ਦੇ ਵਿੱਚ ਮੁਕੱਦਮਾ ਰਜਿਸਟਰ ਜਦੋਂ ਰਜਿਸਟਰਡ ਹੋਊਗਾ ਇਹਨਾਂ ਦੇ ਬਿਆਨ ਤੇ ਹੋਊਗਾ ਫਿਰ ਹੀ ਤਫਤੀਸ਼ ਚੱਲਣੀ ਹੈ ਮੁਕੱਦਮਾ ਰਜਿਸਟਰਡ ਕਰਕੇ ਪੋਸਟਮਾਰਟਮ ਕਰਾਵਾਂਗੇ ਜਿਹੜੇ ਵੀ ਦੋਸ਼ੀ ਉਹਨਾਂ ਸਖਤ ਤੋਂ ਸਖਤ ਫੜ ਕੇ ਅੰਦਰ ਲਿਆ ਜਿਹੜੇ ਬਿਆਨ ਤੁਸੀਂ ਲਿਖਾਉਣ ਨੂੰ ਤਿਆਰ ਹੋ ਅਸੀਂ मीडिया के सामने ही बयान लिखावांगे सानू प्रशासन ते भरोसा नहीं है ड्यूटी नहीं है पर देखो साफ गल है गल ये भी साडा थोड़ी असी गल पहुंचानी है इना तक हुण तुसी बयान लिखवाण जा रहे हो नहीं जा रहे असी सलाह करके ही फिर जावांगे असी पहला साडे जिहड़े परिवार तक रखो ये लोगों भी मुश्किल आ रही है पहला असी साडा भी मसला हल होना चाहिए कल दे असी भुखण भाणे बैठे हां 7 दिन पहला दा साडा बच्चा गैप होया पिया पहला साडा भी हल कीता जावे ना चलो आ जाओ चलो ठीक है ना ਤੁਸੀਂ ਦੇਖੋ ਸੜਕਾਂ ਦੇ ਉੱਤੇ ਦੋਨੋਂ ਪਾਸੇ ਟਰੱਕਾਂ ਦੀ ਲੰਬੀ ਕਤਾਰਾਂ ਲੱਗੀ ਹੈ ਜਿਸ ਦੇ ਨਾਲ ਜਿਹੜੇ ਆਮ ਲੋਕ ਹੈ ਉਹਨਾਂ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮਾਨੇ ਦਾ ਬਾਖਰ ਨਹਿਰ ਦਾ ਪੁਲ ਹੈ ਇਸ ਪੁਲ ਦੇ ਉੱਤੇ ਟਰੱਕਾਂ ਦੀ ਲੰਬੀ ਲਾਈਨ ਔਰ ਇੱਧਰ ਪਟਿਆਲਾ ਸਾਈਡ ਤੋਂ ਜਿਹੜਾ ਟ੍ਰੈਫਿਕ ਆ ਰਿਹਾ ਹੈ ਉਸ ਪਾਸੇ ਵੀ ਟ੍ਰੈਫਿਕ ਬਿਲਕੁਲ ਜਾਮ ਹੋ ਗਿਆ ਲੋਕਾਂ ਨੇ ਇੱਥੇ ਆਪਣੇ ਇਨਸਾਫ ਦੇ ਲਈ ਇਹ ਧਰਨਾ ਲਾਇਆ ਆਵਾਜਾਈ ਠੱਪ ਕੀਤੀ ਹੈ ਲੇਕਿਨ ਅਜੇ ਕੋਈ ਅਧਿਕਾਰੀ ਉੱਥੇ ਮੌਕੇ 'ਤੇ ਨਹੀਂ ਪਹੁੰਚਿਆ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਜ਼ਰੂਰ ਪਹੁੰਚ ਗਏ ਹੈ ਉਹਨਾਂ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਡਿਵਾਈਡੇਸ਼ਨ ਕਰਕੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ ਲੇਕਿਨ ਅਜੇ ਕੋਈ ਸੀਨੀਅਰ ਅਧਿਕਾਰੀ ਸਿਟੀ ਸਮਾਣਾ ਉਸ ਅਦਾਰ ਦਾ ਨਹੀਂ ਪਹੁੰਚਿਆ ਇਹਨਾਂ ਦੀ ਇੱਕੋ ਮੰਗ ਹੈ ਕਿ ਸਾਡੇ ਨੌਜਵਾਨ ਨੂੰ ਜਿਹੜਾ ਮੁੰਡਾ ਕਲਾਰਾਂ ਦਾ ਹੀ ਉੱਥੋਂ ਲੈ ਕੇ ਆਇਆ ਪਾਣੀਪਤ ਤੋਂ ਉਸਨੇ ਹੀ ਇਹਨਾਂ ਦਾ ਸ਼ੱਕ ਹੈ ਵੀ ਉਸ ਨੂੰ ਹੀ ਇਹਨੂੰ ਮਾਰਿਆ ਇਸ ਕਰਕੇ ਇਹ ਆਵਾਜਾਈ ਠੱਪ ਕੀਤੀ ਗਈ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕੱਲ੍ਹ ਦੇ ਪੁਲਿਸ ਕੋਲ ਇਹ ਮਿਲ ਰਹੇ ਸੀ ਪੁਲਿਸ ਨੇ ਹੁਣ ਕੀ ਵਿਸ਼ਵਾਸ ਦਵਾਇਆ ਹੁਣ ਤਾਂ ਕੀ ਕਿਹਾ ਮਾਤਾ ਤੁਹਾਡੇ ਨਾਮ ਕੀ ਹੈ ਕਰਮਜੀਤ ਕੌਰ ਹੈ ਜੀ ਕਰਮਜੀਤ ਕੌਰ ਕਰਮਜੀਤ ਕੌਰ ਹਾਂ ਤੁਹਾਡਾ ਮੁੰਡਾ ਜਿਹੜਾ ਲੈ ਕੇ ਆਇਆ ਕੌਣ ਲੈ ਗਿਆ ਤੁਸੀਂ ਕਹਿੰਦੇ ਸੀ ਸੱਤ ਨਾਮ ਲੈ ਕੇ ਆਇਆ ਤੇ ਹੁਣ ਤੁਸੀਂ ਕੱਲ ਦਾ ਪੁਲਿਸ ਨੂੰ ਦੱਸਿਆ ਪੁਲਿਸ ਤੇ ਕੀ ਕਰ ਰਿਹਾ ਕੋਈ ਕੁਛ ਨਹੀਂ ਕਰ ਰਿਹਾ ਕਦੇ ਸਾਨੂੰ ਸਾਦ ਥਾਣੇ 'ਚ ਭੇਜ ਦਿੰਦੇ ਨੇ ਕਦੇ ਸਾਨੂੰ ਸਿਟੀ 'ਚ ਭੇਜ ਦਿੰਦੇ ਉੱਥੋਂ ਕਦੇ ਫਿਰ ਮਵੀ ਭੇਜ ਦਿੰਦੇ ਨੇ ਸਾਡੀ ਸੁਣਵਾਈ ਨਹੀਂ ਹੋ ਰਹੀ
पुलिस से आरोप लाए जा रहे हैं, पुलिस उन्होंने मिली हुई है। थोड़ी 15 नु गल हुई थी मां नाल, कोई फोन बंद पिया, कोई गल नहीं है, कोई 9:18 मिनटा ते कोई फोन नहीं आया साडे कोल। थोड़ा की लगदा लाडी? मेरा भाई लगदा ਸਾਡੇ ਲਵੇ ਨਵੇਂ ਗਾਂ ਆ ਕੇ ਮੇਰੇ ਲਵੇ ਫੋਨ ਕਰਿਆ, ਬਾਈ ਮੁੰਡੇ ਨੂੰ ਭੇਜਦੇ ਸਨ, ਮੈਨੂੰ ਸਵਾਣੇ ਤੱਕ ਛੱਡਿਆਊਗਾ। ਉਹ ਮੁੰਡਾ ਵੀ ਨਾਲੇ ਤੀਗਾ, ਉਰੇ ਹਾਂ ਸਤਨਾਮ ਵੀ ਨਾਲ ਤੀਗਾ, ਉਹੀ ਲੈ ਕੇ ਆਇਆ ਮਸ਼ੀਨ ਤੋਂ, ਮਸ਼ੀਨ ਤੋਂ ਉਹੀ ਲੈ ਕੇ ਆਇਆ ਗਾ। ਉਹ ਮੈਂ ਉੱਥੇ ਤਾਰ ਕੇ ਉੱਥੇ ਅਪਰੇਚਰ ਰੋਡ ਤੇ ਪਾਣੀ ਪੱਤੋਂ ਕਹਿੰਦਾ ਤਾਇਆ ਬਿਮਾਰ ਆ ਤੇਰਾ, ਧੱਕੇ ਨਾਲ ਲੈ ਕੇ ਆਇਆ। ਮੰਨ ਲਓ ਘਰ ਵਾਲਾ ਉੱਥੇ ਗਿਆ, ਉੱਥੇ ਚੀਕੇ ਉੱਥੇ ਕੀ ਉਹਨੂੰ ਮਿਲਿਆ ਨੀ, ਉੱਥੇ ਚੀਕੇ ਨੀ ਤੇ कुलचे खा ला तू, कुलचे खान लग गया, कहना असि आ रहे गे, मुड़ के फोन ना फोन बंद करता, पापिया ने ओरी मारता, सतनाम सिंह उसते इन्हां वल्लों दोष लाया कि सतनाम सिंह पानी पत्तों नूं लेके आया, उसके बाद वो रामनगर नवे गांव आ गया, उसके बाद उसनूं इत्थे बड़े नूं छड्डे गया। लेकिन 4-5 दिन बाद बॉडी की पहचान हुई है, मृतक की पहचान लाडी सिंह के रूप में परिवार ने कल की थी। लेकिन पुलिस तो यही मंग कर रहे हैं भी जड़ा नौजवान उन्होंने उत्थे लेके आया पानीपत तो उसके खिलाफ कार्रवाई की जाए। लेकिन पुलिस ने कार्रवाई नहीं की, मजबूर हो के परिवार तुम देख रहे हो सड़कों पर बैठे, कभी इन्हों कह जाता इस थाने जाओ, कहते उस थाने जाओ, यह हूँ सारा जांच का विषय है किस कारण करके लाडी सिंह की मौत हुई है, कौन जिम्मेदार है इसकी मौत का, ये पुलिस ने उसको जाँच करनी है। लेकिन इस समय जो समाणा चंडीगढ़ पात्रा रोड है उत्थे आवाजाही ठप की गई है, लोगों को मुश्किल का सामना भी करना पै रहा है। कैमरामैन प्रथम के नाल पुरशोत्तम कौशिक, न्यूज़ 18 पंजाब समाणा।